ਜੀ ਪਟਾਰੂ ਸਾਹਿਬ ਨੇ ਜਿੱਥੇ ਮੈਸੇਜਾਂ ਰਹੀ ਕੀਤਾ ਔਰ ਗੁਰੂ ਨਾਨਕ ਜੀ ਬਾਰੇ ਵੱਖ ਵੱਖ ਦੇਸ਼ਾਂ ਵਿੱਚ ਉਹਨਾਂ ਨੂੰ ਕਿਸ ਨਾਂ ਨਾਲ ਬੁਲਾਇਆ ਜਾਂਦਾ ਹੈ ਉਹਦੀ ਵੀ ਆਪਾਂ ਸਭ ਨੂੰ ਜਾਣਕਾਰੀ ਦਿੱਤੀ ਹੈ ਸੋ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਇਸ ਜਾਣਕਾਰੀ ਦੇ ਸੰਬੰਧ ਦੇ ਵਿੱਚ ਹੁਣ ਮੈਂ ਸਰਦਾਰ ਮਹਿੰਦਰ ਸਿੰਘ ਜੀ ਭੁੱਲਰ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਕਵਿਤਾ ਪੇਸ਼ ਕਰਨ ਸਰਦਾਰ ਮਹਿੰਦਰ ਸਿੰਘ ਜੀ ਭੁੱਲਰ ਜੋ ਕਿ ਸਾਡੇ ਪੁਰਾਣੇ ਕਮੇਟੀ ਦੇ ਲਗਾਤਾਰ ਮੈਂਬਰ ਹੀ ਬਣਦੇ ਆ ਰਹੇ ਨੇ ਔਰ ਗੁਰਦੁਆਰਿਆਂ ਵਿੱਚ ਹੋਰ ਸਟੇਜਾਂ 'ਤੇ ਵੀ ਉਹ ਆਪਣੀ ਕਵਿਤਾ ਬੋਲਦੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਕਵਿਤਾ ਰੱਖਣ ਸਰਦਾਰ ਮਹਿੰਦਰ ਸਿੰਘ ਜੀ ਭੁੱਲਰ ਇਹਨਾਂ ਤੋਂ ਬਾਅਦ ਸਰਦਾਰ ਸੰਤੋਖ ਸਿੰਘ ਜੀ ਸੰਧੂ 'ਤੇ ਆ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਨਾ ਇਹ ਜਿਹੜਾ ਜਗ ਜਿਉਂਦਿਆਂ ਦੇ ਮੇਲੇ ਪ੍ਰੋਗਰਾਮ ਚੱਲਿਆ ਹੈ ਜਿਹੜੀ ਕਮੇਟੀ ਨੇ ਇਹਨੂੰ ਹੋਂਦ 'ਚ ਲਿਆਂਦਾ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਅਤੇ ਉਹਨਾਂ ਨੂੰ ਵਧਾਈ ਵੀ ਦਿੰਦਾ ਕਵਿਤਾ ਬੋਲਣ ਲੱਗਾ ਹੁਣ ਜੂਨਾਂ 'ਚ ਉੱਤਮ ਮੇਰੇ ਨੂਰ ਬੰਦੇ ਮੇਰੀ ਅੰਸ਼ ਦੇ ਨਾਂ 'ਤੇ ਮਸਰੂਰ ਬੰਦੇ ਉਹ ਮਜ਼ਹਬ ਦੀ ਮਸਤੀ 'ਚ ਮਸ਼ਹੂਰ ਬੰਦੇ ਉਹ ਹੋਣੀ ਅਤੇ ਕਿਸਮਤ ਤੋਂ ਮਜਬੂਰ ਬੰਦੇ ਤੂੰ ਅੱਜ ਹੋਰ ਦਾ ਹੋਰ ਹੀ ਬਣ ਗਿਆ ਤੈਨੂੰ ਕੀ ਬਣਾਇਆ ਸੀ ਕੀ ਬਣ ਗਿਆ ਤੇਰਾ ਦਿਲ ਸੀ ਫੁੱਲਾਂ ਤੋਂ ਨਾਜ਼ੁਕ ਬਣਾਇਆ ਉਹਦੇ ਵਿੱਚ ਸੀ ਦਰਦਾਂ ਦਾ ਅਹਿਸਾਸ ਪਾਇਆ ਤੇਰੇ ਤਨ 'ਚ ਬੁੱਧੀ ਦਾ ਦੀਵਾ ਜਗਾਇਆ ਮੁਹੱਬਤ ਦਾ ਨਾਲ ਇੱਕ ਫੁਹਾਰਾ ਸੀ ਲਾਇਆ ਤੇਰੇ ਨਾਲ ਗੰਢਿਆ ਉਹ ਇੱਕ ਪਿਆਰਾਂ ਦਾ ਰਿਸ਼ਤਾ ਕਿ ਲੱਗਾ ਕਰਨ ਰਸ਼ ਹਰ ਇੱਕ ਰਿਸ਼ਤਾ ਤੇਰੇ ਜ਼ੁੰਮੇ ਲਾਈ ਸੀ ਸੱਚ ਦੀ ਹਮੈਰ ਮਥਾਜੀ ਤੋਂ ਘਿਰਨਾ ਗੁਲਾਮੀ ਤੋਂ ਨਫ਼ਰਤ ਦੁਖੀ ਵਾਸਤੇ ਦਰਦ ਹੰਝੂ ਤੇ ਖਿਦਮਤ ਤੇਰੇ ਕੋਲ ਸੀ ਅਮਨ ਜਗ ਦਾ ਅਮਾਨਤ ਸਹਿਹੋਣੀ ਤੇ ਕਾਦਰ ਤੇ ਕਿਸਮਤ ਦਾ ਸਵਾਮੀ ਲਿਖੀ ਨਹੀਂ ਸੀ ਤੈਨੂੰ ਕਿਸੇ ਦੀ ਗੁਲਾਮੀ ਪਰ ਅੱਜ ਤੂੰ ਫੜੇ ਨੇ ਇਹ ਕੀ ਉਲਟ ਚਾਲੇ ਤੇਰੇ ਅਮਲ ਹੋ ਗਏ ਨੇ ਮੱਸਿਆ ਤੋਂ ਕਾਲੇ ਤੇਰੇ ਹੱਥ 'ਚ ਛਵੀਆਂ ਕੁਹਾੜੇ ਤੇ ਭਾਲੇ ਤੇ ਆਂਢੀ ਗੁਆਂਢੀ ਦੇ ਦਿਲ ਛਾਲੇ ਛਾਲੇ ਮੈਂ ਹਾਲ ਤੱਕ ਤੱਕ ਦੁਖੀ ਹੋ ਰਿਹਾ ਹਾਂ ਤੇਰੀ ਅਕਲ ਉੱਤੇ ਲਹੂ ਰੋ ਰਿਹਾ ਹਾਂ ਤੂੰ ਬਣ ਬੈਠੋ ਚਨਾ ਤੇ ਰੀਤਾਂ ਦਾ ਕਹਿੰਦੀ ਕਿਤਾਬਾਂ ਤੇ ਮੰਦਰਾਂ ਮਸੀਤਾਂ ਦਾ ਕਹਿੰਦੀ ਕਰਾਮਾਤ ਟੂਣੇ ਤਵੀਤਾਂ ਦਾ ਕਹਿੰਦੀ ਨਾ ਬਣਿਓ ਮੁਹੱਬਤ ਪ੍ਰੀਤਾਂ ਦਾ ਕਹਿੰਦੀ ਦਿਮਾਗੀ ਜੰਜੀਰਾਂ ਕਿਆਸੀ ਇਹ ਕੜੀਆਂ ਤੂੰ ਆਪੇ ਬਣਾਈਆਂ ਨੇ ਮੈਂ ਨਹੀਂ ਕੜੀਆਂ ਤੇਰੇ ਹੱਥ 'ਚ ਮਾਲਾ ਤੇ ਸੀਨੇ 'ਚ ਸਾੜੇ ਤਿਲਕ ਤੇਰੇ ਮੱਥੇ ਤੇ ਹੱਥੀ ਕੁਹਾੜੇ ਮੇਰਾ ਨਾਮ ਲੈ ਲੈ ਤੂੰ ਪਾਏ ਪੁਆੜੇ ਕਈ ਦਿਲ ਤਰੋੜੇ ਕਈ ਘਰ ਉਜਾੜੇ ਤੇਰੀ ਪਿੱਠ ਤੇ ਮੁਫਤੀ ਹਮਾਇਤ ਤੇ ਕਾਜ਼ੀ ਜੋ ਕਾਤਲ ਤੋਂ ਤੈਨੂੰ ਬਣਾ ਦੇਣ ਗਾਜ਼ੀ ਦਲੀਲਾਂ ਨੂੰ ਛੱਡ ਕੇ ਕਿਆਸਾਂ ਨੂੰ ਮੰਨੇ ਤੂੰ ਸ਼ਰਧਾ ਤੋਂ ਚਿਰਕੇ ਦਿਮਾਗਾਂ ਨੂੰ ਡੰਨੇ ਹਨੇਰੇ ਦਾ ਆਸ਼ਿਕ ਹੈ ਲੰਪਾਂ ਨੂੰ ਭੰਨੇ ਖੁਦਾਈ 'ਚ ਪਾਨਾ ਲਕੀਰਾਂ ਤੇ ਬੰਨੇ ਜੋ ਸੱਚੀ ਸੁਣਾਏ ਉਹ ਤੈਨੂੰ ਬੁਰਾ ਹੈ ਕਲੇਜਾ ਹੈ ਉਹਦਾ ਤੇਰਾ ਛੁਰਾ ਹੈ ਤੂੰ ਮੰਦਰ ਤੋਂ ਚਿੜਖਾ ਕੇ ਮਸਜਿਦ ਨੂੰ ਢਾਇਆ ਤੇ ਮਸਜਿਦ ਨੂੰ ਢਾ ਗੁਰਦੁਆਰਾ ਬਣਾਇਆ ਤੇਰਾ ਰਾਮ ਆਪਣਾ ਤੇ ਅੱਲਾ ਪਰਾਇਆ ਇਹਨਾਂ ਝਗੜਿਆਂ ਵਿੱਚ ਤੂੰ ਮੈਨੂੰ ਰਸਾਇਆ ਮੇਰੇ ਪੁੱਤਰਾਂ ਨਾਲ ਠੱਗੀਆਂ ਬਹਾਨੇ ਮੇਰੇ ਨਾਲ ਗੰਢ ਨਾ ਆ ਕੇ ਜਰਾਨੇ ਤੂੰ ਛੁਰੀਆਂ ਚਲਾਨਾ ਮੇਰਾ ਨਾਮ ਲੈ ਕੇ ਤੂੰ ਵੰਡੀਆਂ ਪਵਾਨਾ ਮੇਰਾ ਨਾਮ ਲੈ ਕੇ ਤੂੰ ਲੜਨਾ ਲੜਾਨਾ ਮੇਰਾ ਨਾਮ ਲੈ ਕੇ ਦਿਲਾਂ ਨੂੰ ਦਿਖਾਨਾ ਮੇਰਾ ਨਾਮ ਲੈ ਕੇ ਤੂੰ ਹਿੰਦੂ ਨਹੀਂ ਖੂਨ ਮੁਸਲਿਮ ਦਾ ਚੋਂਦਾ ਤੇਰੀ ਛੁਰੀ ਹੇਠਾਂ ਗਲਾ ਮੇਰਾ ਹੁੰਦਾ ਕਿਰਾਏ ਨੇ ਲੰਗਰ ਤੂੰ ਨਿੱਤ ਗੁਆਰ ਦੁਆਰੇ ਤੂੰ ਠਾਕਰ ਦੁਆਰੇ ਤੇ ਮੰਦਰ ਵਸਾਰੇ ਮਸੀਤਾਂ ਦੇ ਉੱਚੇ ਤੂੰ ਕੀਤੇ ਮਨਾਰੇ ਤੇਰੀ ਟੀਸੀ ਗਿਰਜੇ ਦੀ ਗਿਣਦੀ ਹੈ ਤਾਰੇ ਤੂੰ ਲੱਖ ਹੋ ਗਿਆ ਧਰਮੀ ਤੇ ਨੇਕੀ ਨਮਾਜ਼ੀ ਜੇ ਬੰਦੇ ਰਸਾਇਣ ਤੇ ਮੈਂ ਵੀ ਨਹੀਂ ਰਾਜੀ ਤੂੰ ਕਿਸ ਨੂੰ ਭੁਲਾਨਾ ਮਰਾ ਭਾਵਕਾ ਕੇ ਠੱਗਣਾ ਕਿਸ ਨੂੰ ਨਿਆਜ਼ਾਂ ਚੜ੍ਹਾ ਕੇ ਫਸਾਏ ਕਿਨੂੰ ਫੰਦ ਮਾਲਾ ਦੇ ਲਾ ਕੇ ਤੇ ਮੱਥੇ ਦੇ ਤਿਲਕਿਆਂ ਦਾ ਚੋਗਾ ਵਿਖਾ ਕੇ ਸ਼ਰਮ ਨਾਲ ਟਿਚਕਰ ਹਜ਼ਾਰ ਨਾਲ ਧੋਖਾ ਤੂੰ ਟਲਦਾ ਨਹੀਂ ਕਰਨੋ ਖੁਦਾ ਨਾਲ ਧੋਖਾ ਕਿਨੂੰ ਇਹ ਕੜਾਹ ਦੇ ਚੜ੍ਹਾਵੇ ਚੜ੍ਹਾਨਾ ਕਿਨੂੰ ਭੇਟਾ ਫੁੱਲਾਂ ਦੀ ਦੇ ਨਹੀਂ ਜਾਣਾ ਤੂੰ ਕਰਤੂਤ ਫੁੱਲਾਂ ਦੇ ਉਹਦੇ ਲਕਾਨਾ ਤੇ ਮੈਨੂੰ ਵੀ ਆ ਜਾ ਕੇ ਵੱਡੀਆਂ ਵਿਖਾਨਾ ਇਹ ਇਨਸਾਫ ਦਾ ਘਰ ਹੈ ਥਾਣਾ ਨਹੀਂ ਹੈ ਵੱਡੀਆਂ ਦਾ ਇੱਥੇ ਟਿਕਾਣਾ ਨਹੀਂ ਹੈ ਤੂੰ ਕਰਨਾ ਠੱਗੀਆਂ ਪਵਾਨਾ ਡਾਕੇ ਕਮਾਨਾ ਵੱਡੀਆਂ ਖਵਾ ਕੇ ਤੇ ਖਾ ਕੇ ਗਰੀਬਾਂ ਦੀ ਰੱਤ 'ਚ ਹੋ ਕੇ ਉਸ ਵਿੱਚ ਨਹਾ ਕੇ ਮੇਰੇ ਅੱਗੇ ਧਰਨਾ ਚੜ੍ਹਾਵੇ ਲਿਆ ਕੇ ਕੜਾਹ ਤੇ ਮੈਂ ਭੁੱਲ ਜਾਵਾਂ ਲੋਲਾ ਨਹੀਂ ਹਾਂ ਤੂੰ ਭੁੱਲਣਾ ਮੈਂ ਏਡਾ ਭੋਲਾ ਨਹੀਂ ਹਾਂ ਕਦੇ ਕੋਈ ਰੋਂਦਾ ਹਸਾਇਆ ਹੀ ਦਸਕਾਂ ਕਦੇ ਕੋਈ ਢਹਿੰਦਾ ਉਠਾਇਆ ਹੀ ਦਸਕਾਂ ਕਦੇ ਕੋਈ ਰੁੜਦਾ ਬਚਾਇਆ ਹੀ ਦਸਕਾਂ ਕਦੇ ਕੋਈ ਰੁੱਠਾ ਬਣਾਇਆ ਹੀ ਦਸਕਾਂ ਜੇ ਹੱਥੀ ਆਪਣੀ ਤੂੰ ਨਹੀਂ ਦੁਖਦਾ ਫੱਟ ਕਿਸੇ ਦਾ ਸੀਤਾ ਮੇਰੀ ਮਾਲਾ ਫੇਰੀ ਤੇ ਕੱਖ ਵੀ ਨਹੀਂ ਕੀਤਾ ਮਸੀਤਾਂ ਦੇ ਸਿਰ ਝੁਕਾ ਨਾ ਝੁਕਾ ਤੂੰ ਕਿਸੇ ਅੱਗੇ ਮੱਥਾ ਘਸਾ ਨਾ ਘਸਾ ਤੂੰ ਤੇ ਮੰਦਰਾਂ ਦੀ ਟੱਲੀ ਵਜਾ ਨਾ ਵਜਾ ਤੂੰ ਪਰ ਇੱਕ ਦਿਲ ਹੈ ਬੰਦੇ ਦਾ ਉਹ ਨਾ ਝੁਕਾ ਤੂੰ
खुदाई का दिल विच टिकाणा है मेरा, तू खलकत दा बन जा, बन जाएगा तेरा, तू फुल बन के बागां च रौनक लगा दे, सह डोग कंडे की खुशबू बना दे, खिड़के कली बंद कोई खड़ा दे, किसी रोंदी बुलबुल नूं गाना सिखा दे, यही तेरी भगती यही तेरी बंदगी है, तेरे जग ते आवण दा मकसद यही है, तेरे जग ते आवण दा मकसद यही है। जून बंदे की चंगी हो सी पर मैं हाँ परेशानदा, चंगा हुंदा जे रब मैनू जंगल फुल बनांदा, दूर दरेडे पापां कोलों किसे जूह दे खूंजे चुप पीते उगदा फुलदा हद्दा ते मर जांदा, चुप चुप पीते उगदा फुलदा हद्दा ते मर जांदा। मैं इहदे नाल कविता बंद करदा, पर टाइम जिहड़ा है ना इह वी तुरिया जांदा है, ते मैं इस वक्त की बहुत कदर करदा, समा उसनू कदे नहीं समा देंदा, जिहड़ा समय की कदर पछाणदा नहीं, रब उसनू कदी ना करे उच्चा जो आप उच्चा हुण जाणदा नहीं, जिहड़ा पैरां दे हेठ लिदड़िया गया डंगर उन्हां कखां नू कदे सियाणदा नहीं, सिप देण मोती पत्थर देण हीरे, किस्मत अपनी आप बनाई दी है, खूह चल के कदे नहीं कोल आउंदा, आप जाके चखा बुझाई दी है। मैनू ना ज़्यादा बोलण की आदत आ, मैं इहदे बारे भी कुछ कहना चाहुंदा, बहुता बोलण नालों चुप जे चंगी, चुप दे नालों पड़दा, पड़दे पिछे बह के खाना खाइए, जिहड़ा होवे घर विच सरदा बनदा, घर दा बनिया होया खाना वंड के खाइए, रल के खाइए, थोड़ा थोड़ा करके खाइए, फिर वेखो किन्ना चंगा लगदा। थैंक यू जी। नहीं रीसा साहब दियां उन्होंने मनुख दियां करतूतां बारे कविता राही जानकारी दित्ती कि मनुख तू किस काज लई आउणा है, इत्थे आण के की कुछ करदा है। सो मैं सरदार संतोख सिंह संधू बेनती करांगा कि वो स्टेज पर आउण। सरदार संतोख